मिल प्रीतम तनी ध्यान
सच्चे प्रेम पिया सज्जन मिले सज्जना सज्जन मिले सज्जना जिन सतगुर नाल पिया जिन सतगुर नाल पिया सज्जन मिले सज्जना मिल प्रीतम तिन्नी ध्याया सच्चे प्रेम प्यार सच्चे प्रेम मन ही ते मन मानिया मन ही ते मन मानिया गुर के शब्द विचार गुर के शब्द विचार ओ सज्जन मिले ना बिछड़े ओ सज्जन मिले ना बिछड़े जे आप मेले करता जे आप मेले करता सज्जन मिले सज्जना सज्जन मिले सज्जना एक ना दर्शन की दर्शन की प्रतीत न आया शब्द न करे विचार
बिछड़िया का क्यों बिछड़े बिछड़िया का क्यों बिछड़े जिन्ना दूजे भाए पिया जिन्ना दूजे भाए पिया सज्जन मिले सज्जना सज्जन मिले सज्जना जिन सतगुर नाल प्यार जिन सतगुर नाल प्यार सज्जन मिले सज्जना मिले सज्जना मन मुख केरी दोस्ती थोड़े दिया दिन चा इस प्रीति टूट दी विलम ना होनी इस प्रीति टूट दी विलम ना होई इत दोस्ती चलन विकार चलन जिन्ना अंदर सच्चे का पाओ नहीं जिन्ना अंदर सच्चे का भाव नहीं नाम ना करे पिया नाम ना करे पिया नानक तिन सो क्या खींचे दोस्ती नानक तिन सो क्या खींचे दोस्ती जे आप भुलाए करता जे आप भुलाए करता सज्जन मिले सज्जना सज्जन मिले सज्जना
ਜਿਨ ਸਤ ਗੁਰ ਨਾਲ ਪਿਆ ਜਿਨ ਸਤ ਗੁਰ ਨਾਲ ਪਿਆ ਸੱਜਣ ਮਿਲੇ ਸੱਜਣਾ ਮਿਲੇ ਸੱਜਣਾ ਸੱਜਣ ਮਿਲੇ ਸੱਜਣਾ ਸੱਜਣ ਮਿਲੇ ਸੱਜਣਾ ਜਿੰਨਾ ਸਤਿਗੁਰ ਨਾਲ ਪਿਆਰ ਮਿਲ ਪ੍ਰੀਤਮ ਤਿੰਨੀ ਧਿਆਇਆ ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੇ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਵਿਚਾਰ ਉਹ ਸੱਜਣ ਮਿਲੇ ਨਾ ਵਿਛੜੇ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾ ਗੁਰਮੁਖ ਗੁਰਮੁਖ ਸਖੀਆਂ ਸਿੱਖ ਜਿਨ ਸਤਿਗੁਰ ਨਾਲ ਪਿਆਰ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ ਗੁਰੂ ਮਿਲਾਈਆਂ ਜਿਨ ਸਤਿਗੁਰ ਨਾਲ ਪਿਆ ਗੁਰੂ ਮਿਲਾਈਆਂ ਸਾਲ ਹੈ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਸਿੱਖਾਂ ਲਹਿੰਦਾ ਬਾਲ ਕੇ ਗੁਰੂ ਮਿਲਾਈਆਂ ਦੁਨੀਆਂ ਦੇ ਲੋਕੋ ਮੈਂ ਧਰਮਸ਼ਾਲਾ ਤਾਂ ਬਣਾ ਰਿਹਾ ਇਹ ਧਰਮਸ਼ਾਲਾ ਇਸ ਲਈ ਬਣੀਆਂ ਨੇ ਮੈਂ ਗੁਰਸਿੱਖਾਂ ਨੂੰ ਭਾਲ ਭਾਲ ਕੇ ਇੱਥੇ ਇਕੱਠਾ ਕਰਨਾ ਚਾਹੁੰਦਾ ਤਾਂ ਕਿ ਗੁਰਮੁਖ ਸਖੀਆਂ ਇਕੱਠੀਆਂ ਹੋਣ ਇਹ ਗੁਰਮੁਖ ਸਖੀਆਂ ਦਾ ਟਿਕਾਣਾ ਹੈ ਉਹਨਾਂ ਦਾ ਮਿਲਾਪ ਗੁਰੂ ਸਿਧਾਂਤ ਦਾ ਮਿਲਾਪ ਹੁੰਦਾ ਹੈ ਕਿਹੜੀ ਅਜੀਬ ਗੱਲ ਹੈ ਗੁਰੂ ਨਾਨਕ ਨੇ ਸੱਚ ਆਖਣ ਤੋਂ ਗੁਰੂ ਨੇ ਸੱਚ ਆਖਣ ਤੋਂ ਸੰਕੋਚ ਨਹੀਂ ਕੀਤਾ ਤੇ ਹੈ ਇੱਕ ਦੂਜਾ ਧੜਾ ਬਰਾਬਰ ਹੀ ਸਾਹਮਣੇ ਲੈ ਆਉਂਦੇ ਨੇ ਗੁਰਮਤ ਦੀ ਦੁਨੀਆਂ ਵਿੱਚ ਝੂਠੇ ਧੜਿਆਂ ਲਈ ਕੋਈ ਥਾਂ ਨਹੀਂ ਪਰ ਗੁਰਮਤ ਨੇ ਵੀ ਦੋ ਧੜੇ ਨਿਸ਼ਚਿਤ ਕਰ ਦਿੱਤੇ ਇੱਕ ਗੁਰਮੁਖਾਂ ਦਾ ਇੱਕ ਮਨਮੁਖਾਂ ਦਾ ਇੱਕ ਗੁਰੂ ਨਾਲ ਜੁੜੇ ਹੋਏ ਪੁਰਸ਼ਾਂ ਦਾ ਇੱਕ ਗੁਰੂ ਨਾਲੋਂ ਟੁੱਟੇ ਹੋਏ ਪੁਰਸ਼ਾਂ ਦਾ
ਅਸੀਂ ਆਖਾਂਗੇ ਗੁਰੂ ਵੀ ਕਿਸੇ ਧੜੇ ਦਾ ਪ੍ਰਚਾਰ ਕਰਦਾ ਆਪਣੀ ਰਸਨਾ ਤੋਂ ਪਿਆਖਦਾ ਸਾਕਤ ਸੇਤੀ ਸੰਗ ਨਾ ਕਰਿਓ ਸਾਕਤ ਸੇਤੀ ਸੰਗ ਨਾ ਕਰਿਓ ਮੂੰਹ ਕਾਲਕ ਦਾਗ ਲਗਾਏ ਸਾਕਤ ਸੇਤੀ ਸੰਗ ਨਾ ਕਰਿਓ ਸਾਕਤ ਸੰਗ ਨਾ ਕੀਜੀਏ ਸਾਕਤ ਸੰਗ ਨਾ ਕੀਜੀਏ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਸੰਗ ਨਾ ਕੀਜੀਏ ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਬਾਸਣ ਕਾਰੋ ਪਰਸੀਏ ਬਾਸਣ ਕਾਰੋ ਪਰਸੀਏ ਤਾਂ ਕਿਛ ਲਾਗੇ ਦਾਗ ਗੁਰੂ ਦੀ ਨਿਗਾਹ ਵਿੱਚ ਵੀ ਸੱਜਣ ਵੀ ਹੈ ਦੁਸ਼ਮਣ ਵੀ ਹੈ ਸਿਰਫ ਸੰਸਾਰਕ ਦੁਨਿਆਵੀ ਤੌਰ ਤੇ ਨਹੀਂ ਗੁਰਮਤ ਦੇ ਘੇਰੇ ਵਿੱਚ ਜਾ ਕੇ ਵੀ ਕੋਈ ਸੱਜਣ ਹੁੰਦਾ ਹੈ ਕੋਈ ਦੁਸ਼ਮਣ ਹੁੰਦਾ ਹੈ ਗੁਰੂ ਕਹਿੰਦਾ ਮੈਂ ਸੰਸਾਰਕ ਤੌਰ ਤੇ ਜਦੋਂ ਕੋਈ ਪੁੱਛਦਾ ਤੇ ਮੈਂ ਆਖਣਾ ਨਾ ਕੋ ਬੈਰੀ ਨਹੀਂ ਬੇਗਾਨਾ ਪਰ ਜਦੋਂ ਮੇਰੇ ਅਧਿਆਤਮਕ ਜੀਵਨ ਨੂੰ ਸੱਟ ਮਾਰਨ ਵਾਲਾ ਮੇਰੇ ਗੁਰੂ ਨਾਲੋਂ ਮੈਨੂੰ ਕਨਫਿਊਜ਼ ਕਰਕੇ ਤੋੜ ਦੇਣ ਵਾਲਾ ਮਨੁੱਖ ਪੈਦਾ ਹੋ ਜਾਏ ਉਹਦੇ ਵਰਗਾ ਮੈਨੂੰ ਕੋਈ ਦੁਸ਼ਮਣ ਵੀ ਨਹੀਂ ਦਿਸਦਾ ਸ਼੍ਰੀ ਗੁਰੂ ਦੇ ਨੇ ਜਿਹੜੇ ਲੋਕ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਨਾ ਕਿ ਕੇਵਲ ਗੁਰਬਾਣੀ ਗੁਰਮਤ ਦਾ ਪ੍ਰਚਾਰ ਹੋਵੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਫੈਸਲੇ ਗੁਰਮਤ ਦੇ ਨੇ ਗੁਰਬਾਣੀ ਆਖ ਰਹੀ ਹੈ ਗੁਰਜਨ ਸੇਤੀ ਨਿਹੋ ਰਚਾਇਓ ਗੁਰਜਨ ਸੇਤੀ ਨਿਹੋ ਰਚਾਇਓ ਦਾਸੂ ਵਿਖਾ ਮੈਂ ਕਾਰਨ ਊਨੀ ਨਾਹੀ ਝੂਨੀ ਨਾਹੀ ਨਾਹੀ ਕਿਸੇ ਵਿਹੂਨੀ ਹੋਰ ਤੇਰੇ ਵਿੱਚ ਕੋਈ ਕਮੀ ਨਹੀਂ ਤੂੰ ਪੜ੍ਹਿਆ ਲਿਖਿਆ ਵੀ ਹੋਵੇਗਾ ਤੂੰ ਅਮੀਰ ਵੀ ਹੋਵੇਗਾ ਚਾਰ ਲੋਕ ਤੇਰੇ ਪਿੱਛੇ ਵੀ ਹੋਣਗੇ ਕਿਉਂਕਿ ਤੂੰ ਮੇਰੇ ਪ੍ਰੀਤਮ ਨਾਲ ਮੇਰੇ ਸਤਿਗੁਰੂ ਨਾਲ ਨਹੀਂ ਜੁੜਿਆ ਉਹਦੇ ਵੱਲੋਂ ਮੂੰਹ ਮੋੜ ਰਿਹਾ ਇਸ ਲਈ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਮੈਂ ਹੈਰਾਨ ਹੁੰਦਾ ਜਦੋਂ ਸਿੱਖ ਨੂੰ ਅੰਮ੍ਰਿਤ ਛਕਾਇਆ ਜਾਂਦਾ ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਸਿੱਖ ਨੂੰ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਪੰਜ ਰਹਿਤਾਂ ਦਿੱਤੀਆਂ ਜਾਂਦੀਆਂ ਨੇ ਵੀ ਇਹਨਾਂ ਨਾਲ ਤੂੰ ਨਿਉ ਲਾ ਕੇ ਰੱਖਣਾ ਲਓ ਮੈਂ ਦੋ ਚੀਜ਼ਾਂ ਦੋ ਲਾਈਨਾਂ ਤੁਹਾਡੇ ਸਾਹਮਣੇ ਸਪਸ਼ਟ ਕਰਨਾ ਚਾਹੁੰਦਾ ਗੁਰਮਤ ਵਿੱਚੋਂ ਪੰਜ ਰਹਿਤਾਂ ਦਿੱਤੀਆਂ ਜਾਂਦੀਆਂ ਨੇ ਇਹਨਾਂ ਨਾਲੋਂ
ਸੰਬੰਧ ਰੱਖਣਾ ਹੈ ਇਹਨਾਂ ਰਹਿਤਾਂ ਨੂੰ, ਅੰਗ ਸੰਗ ਰੱਖਣਾ ਇਹਨਾਂ ਨਾਲੋਂ, ਟੁੱਟਣਾ ਨਹੀਂ, ਇਹੋ ਕਰਦੇ ਨੇ। ਤੇ ਨਾਲ ਚਾਰ ਕੁ ਰਹਿਤਾਂ ਵੀ ਦੱਸ ਦਿੰਦੇ ਨੇ ਇਹ ਤੇਰੀਆਂ ਦੁਸ਼ਮਣ ਨੇ। ਹੈਂ, ਭਰਿਆ ਗੁਰਦੁਆਰੇ ਵਿੱਚ ਕੁਰਹਿਤਾਂ ਦੀ ਗੱਲ ਕਿਉਂ ਕਰਨਾ? ਕਿਸੇ ਨੂੰ ਮਾੜੀ ਚੀਜ਼ ਕਿਉਂ ਆਖਣਾ? ਕਿਸੇ ਨੂੰ ਮਾੜਾ ਨਹੀਂ ਆਖੀਦਾ। ਭਾਵੇਂ ਜਿੱਡਾ ਮਰਜ਼ੀ ਗੁਣਾ, ਗੁਣਾ ਨੂੰ ਵੀ ਗੁਣਾ ਨਾ ਆਖੀ, ਇਹ ਗੁਰਮਤ। ਬਲਕਿ ਗੁਰਮਤ ਤਾਂ ਇਹ ਕਹਿੰਦੀ ਹੈ, ਧਰਮ ਕਰੇ ਸੋ ਧਰਮੀ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਸੱਤੀ ਪਹਿਰੀ ਸੱਤ ਭਲਾ, ਬਈ ਇਹ ਪੜ੍ਹਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ, ਪਾਪ ਤੇ ਪੁੰਨ ਦੀ ਵਿਚਾਰ ਗੁਰਮਤ ਅਨੁਸਾਰ ਜ਼ਰੂਰੀ ਹੈ, ਗੁਰੂ ਨੇ ਵੀ ਕੀਤੀ ਹੈ। ਬਾਣੀ ਪੜ੍ਹ ਲਓ, ਜਿਹਨਾਂ ਨੇ ਬਾਣੀ ਨਹੀਂ ਨੇੜੇ ਹੋ ਕੇ ਸੋਚੀ, ਉਹ ਕਈ ਵਾਰ ਬੜੇ ਵਰਗਲਾਏ ਹੋਏ, ਭੁੱਲੀਆਂ ਭਲੀਆਂ ਗੱਲਾਂ ਜੀ, ਕੋਈ ਗੱਲ ਐਸੀ ਨਾ, ਇਹ ਗੁਰਮਤ ਤੋਂ ਬਾਹਰ। ਉਹ ਭਰਿਆ ਪੰਜ ਰਹਿਤਾਂ ਦੇ ਨਾਲ ਚਾਰ ਕੁ ਰਹਿਤਾਂ ਕਿਉਂ ਦੇ ਦਿੱਤੀਆਂ? ਤੇ ਇੰਨੀ ਸਖਤੀ ਨਾਲ ਸਮਝਾ ਦਿੱਤਾ ਇਹਨਾਂ ਦੇ ਨੇੜੇ ਨਾ ਜਾਏ। ਪੰਜ ਰਹਿਤਾਂ ਦਾ ਸੰਗ ਨਾ ਛੱਡੀ, ਉਹ ਤੇਰੇ ਅੰਗ ਸੰਗ ਰਹਿਣੇ। ਇਹ ਚਾਰ ਕੁਰਹਿਤਾਂ ਤੇਰੇ ਜੀਵਨ ਨੂੰ ਬਰਬਾਦ ਕਰਨ ਲਈ ਜਿਹੜੀਆਂ ਨਾਲ ਤੁਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਉਹਨਾਂ ਨੂੰ ਨੇੜੇ ਨਾ ਛੋਣ ਦੇ, ਉਹ ਤੇਰੀਆਂ ਦੁਸ਼ਮਣ ਨੇ। ਅਧਿਆਤਮਕ ਜੀਵਨ ਦਾ ਦੁਸ਼ਮਣ ਹੈ ਵਿਕਾਰ। ਫੈਸਲਾ ਬਣੀ ਦੇ ਰਹੀ, ਸਾਡੇ ਰੋਜ਼ਾਨਾ ਜੀਵਨ ਦੇ ਫੈਸਲੇ ਦੇ ਰਹੇ ਨੇ, ਇੱਥੇ ਬਸਣਾ। ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰੇ ਅੱਜ ਤੱਕ ਵੀ ਇੱਕ ਗੱਲ ਸਮਝਾਉਂਦੇ ਨੇ ਤੇ ਅਜੇ ਤੱਕ ਆਖੀ ਜਾਂਦੇ ਨੇ, ਜਿੱਥੇ ਇਹ ਆਖਦੇ ਨੇ ਨਾ, ਖਾਲਸਾ ਪਰਿਵਾਰ ਵਿੱਚ ਮਿਲ ਕੇ ਰਹਿਣਾ, ਪੰਥਕ ਪਰਿਵਾਰ ਦਾ ਮੈਂਬਰ ਬਣਨਾ, ਆਪਣਾ ਤਨ ਮਨ ਧਾਨ ਕਰਕੇ ਪੰਥ ਦੀ ਚੜ੍ਹਦੀ ਕਲਾ ਲਈ ਸੋਚਣਾ, ਇਹ ਕਹਿੰਦੇ ਨੇ ਨਾ। ਉੱਥੇ ਨਾਲ ਇਹ ਕਿਉਂ ਕਹਿੰਦੇ ਨੇ, ਰਾਮ ਰਾਈਏ ਪ੍ਰਿਥੀ ਚੰਦੀਆਂ ਨਾਲ ਮੀਨਿਆਂ ਮਸੰਦਾਂ ਨਾਲ ਨਹੀਂ ਵਰਤਣਾ ਹੈ, ਦੁਸ਼ਮਣ ਦੀ ਗੱਲ ਵੀ ਕਰ ਜਾਂਦੇ ਨੇ, ਕਿਉਂ ਕਰਦੇ ਨੇ? ਗੁਰਮਤ ਦੇ ਘੇਰੇ ਵਿੱਚ ਅਸੀਂ ਕਿਸੇ ਨੂੰ ਮਸੰਦ ਆਖੀਏ? ਗੁਰਮਤ ਦੇ ਘੇਰੇ ਵਿੱਚ ਕਿਸੇ ਨੂੰ ਰਾਮ ਰਾਈਆ ਤੇ ਪ੍ਰਿਥੀਆ ਆਖੀਏ? ਕੋਈ ਰਾਮ ਰਾਜ ਬੁਰੀ ਚੀਜ਼ ਥੋੜਾ ਸੀ, ਗੁਰੂ ਹਰਰਾਜ ਸਾਹਿਬ ਦਾ ਤਾਂ ਪੁੱਤਰ ਸੀ। ਗੁਰੂ ਦਾ ਜਨਮੇ ਹੋਇਆ, ਗੁਰੂ ਦੇ ਘਰ ਵਿੱਚ ਜਨਮ ਲੈਣ ਵਾਲਾ, ਗੁਰੂ ਹਰਰਾਜ ਸਾਹਿਬ ਦਾ ਪੁੱਤਰ, ਤੇ ਅਸੀਂ ਸਿੱਖਾਂ ਨੂੰ ਆਖ ਰਹੇ ਹਾਂ ਇਹਦੇ ਨਾਲ ਵਰਤਿਓ ਨਾ, ਇਹਨੂੰ ਮੂੰਹ ਨਾ ਲਾਇਓ, ਹੈ ਐਡੀ ਦੁਸ਼ਮਣੀ? ਤੇ ਫਿਰ ਗੁਰਦੁਆਰਿਆਂ ਵਿੱਚ ਬਹਿ ਕੇ ਕਹਿ ਰਹੇ, ਕਿਉਂ ਕਹਿਣ ਦਿੰਦੇ ਹੋ? ਹੋ ਸਕਦਾ ਕੋਈ ਰਾਮ ਰਾਈਏ ਵੀ ਇੱਥੇ ਆ ਜਾਣ, ਕੱਲ੍ਹ ਨੂੰ ਤੁਹਾਡੀ ਸੰਗਤ ਨਾ ਘੱਟ ਜਾਏ। ਅੱਜ ਪ੍ਰਬੰਧਕ ਗੁਰੂ ਦਾ, ਗੁਰ ਅਸਥਾਨ ਦਾ, ਗੁਰੂ ਸਿਧਾਂਤ ਦਾ ਨਹੀਂ, ਗੋਲਕ ਦਾ ਰਹਿ ਗਿਆ। ਮੇਰੀ ਗੋਲਕ ਕਿੰਨੀ ਕੁ ਵਧੀ ਹੈ, ਕਹਿੰਦੇ ਐਂ ਵਧੀ ਹੈ, ਫਲਾਣਾ ਨਾਰਾਜ਼ ਨਾ ਹੋ ਜਾਏ। ਉਹ ਭਲਿਆ ਰੋਕ ਦੇ, ਅੱਜ ਤੋਂ ਮਰਿਆਦਾ ਬਦਲ ਦੇ ਕਿ ਤੁਸੀਂ ਰਾਮ ਰਾਈਏ ਤੇ ਪ੍ਰਿਥੀ ਚੰਦੀਆਂ ਨੂੰ ਟੁੱਟਣ ਲਈ ਨਾ ਆਖਿਓ। ਸੰਗਤ ਵਿੱਚ ਤਾਂ ਉਹ ਵੀ ਆ ਸਕਦੇ ਨੇ। ਤੁਸੀਂ ਕਿਸੇ ਕੋਲ ਕਦੀ ਪੁੱਛਿਆ ਵੀ ਤੂੰ ਰਾਮ ਰਾਈਆ ਕਿ ਪ੍ਰਿਥੀ ਚੰਦੀਆਂ? ਆਉਂਦੇ ਨੇ ਨਾ, ਆਉਣਾ ਰੋਕਣਾ ਵੀ ਨਹੀਂ ਚਾਹੀਦਾ। ਸੰਗਤ ਵਿੱਚ ਕੋਈ ਵੀ ਆ ਸਕਦਾ, ਆਉਂਦੇ ਨੇ। ਪਰ ਇੱਕ ਖਿਆਲ ਕਰਿਓ, ਤੁਸੀਂ ਆਪਣੀ ਮਰਿਆਦਾ ਤੇ ਡਿਸਿਪਲਨ ਨਹੀਂ ਬਦਲ ਸਕਦੇ। ਇਹ ਅਸਥਾਨ ਕੇਵਲ ਗੁਰੂ ਖਾਲਸਾ ਪੰਥ ਦੀ ਵਿਚਾਰ ਦਾ ਹੈ। ਇੱਥੇ ਕਿਸੇ ਰਾਮ ਰਾਈਏ ਤੇ ਧੀਰ ਮੱਲੀਏ ਨੂੰ ਨਹੀਂ ਪਰਖ ਕੇ ਉਹਦੇ ਨਾਲ ਪਿਆਰ ਨਹੀਂ ਪਾਇਆ ਜਾਣਾ, ਉਹਨੂੰ ਸਨਮਾਨ ਨਹੀਂ, ਉਹਦੇ ਸਾਹਮਣੇ ਵੀ ਆਖਿਆ ਜਾਣਾ ਧੀਰ ਮੱਲੀਏ ਤੇ ਰਾਮ ਰਾਈਆਂ ਨਾਲ ਨਾ ਵਰ। ਧੀਰ ਮੱਲ ਕੌਣ ਸੀ? ਗੁਰੂ ਰਾਮਦਾਸ ਸਾਹਿਬ ਦਾ ਪੁੱਤਰ, ਸਭ ਤੋਂ ਵੱਡਾ ਸਾਹਿਬਜ਼ਾਦਾ, ਗੁਰੂ ਰਾਮਦਾਸ ਸਾਹਿਬ ਦੇ ਘਰ ਜਨਮ ਲੈਣ ਵਾਲਾ,
ਪਰ ਉਹ ਭਲੇ ਹੋ ਇਸ ਦਰਬਾਰ ਦੀ ਗੁਰਮਤ ਦੀ ਮਰਿਆਦਾ ਇਹ ਕਹਿੰਦੀ ਹੈ ਜਨਮ ਕੋਈ ਕਿੱਥੇ ਲਵੇ ਜਿਹੜਾ ਕਰਮਾਂ ਕਰਕੇ ਬੁਰਾ ਹੋ ਗਿਆ ਨਾ ਉਹ ਪ੍ਰਵਾਨ ਨਹੀਂ ਹੋਇਆ ਜਨਮ ਕਿਤੇ ਵੀ ਲਵੇ ਕੋਈ ਸਿੱਖ ਦੇ ਘਰ ਜਨਮ ਲੈ ਲਵੇ ਤੇ ਸਿੱਖ ਨਹੀਂ ਹੁੰਦਾ ਜੇ ਗੁਰੂ ਰਾਮਦਾਸ ਸਾਹਿਬ ਦੇ ਘਰ ਜਨਮ ਲੈ ਕੇ ਵੀ ਕੋਈ ਪ੍ਰਿਥੀਆ ਪ੍ਰਵਾਨ ਨਹੀਂ ਹੋਇਆ ਜੇ ਗੁਰੂ ਹਰ ਰਾਏ ਸਾਹਿਬ ਦੇ ਘਰ ਜਨਮ ਲੈ ਕੇ ਵੀ ਰਾਮ ਰਾਏ ਪ੍ਰਵਾਨ ਨਹੀਂ ਹੋਇਆ ਤਾਂ ਫਿਰ ਕਰਮਾਂ ਦਾ ਮਸਲਾ ਹੈ ਗੁਰਮੁਖ ਤੇ ਮਨਮੁਖ ਦਾ ਜਿਹੜਾ ਵੱਖਰਾ ਧੜਾ ਹੈ ਨਾ ਉਹਦਾ ਕਾਰਨ ਹੈ ਜਿਹੜਾ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਣ ਕਰ ਚੁੱਕਾ ਹੈ ਅਤੇ ਗੁਰੂ ਦਾ ਦਰ ਛੱਡ ਕੇ ਕਿਤੇ ਨਹੀਂ ਜਾਂਦਾ ਉਹਨੂੰ ਹੀ ਗੁਰੂ ਅਸਥਾਨ ਦੀ ਸੇਵਾ ਮਿਲਣੀ ਚਾਹੀਦੀ ਬਸ ਮਕਸਦ ਮੇਰਾ ਇੰਨਾ ਅਤੇ ਜਿਹੜਾ ਦਰ ਦਰ ਭਟਕਦਾ ਫਿਰੇ ਜਿਹੜਾ ਹਵਨ ਵੀ ਕਰਾ ਹੋਵੇ ਜਿਹੜਾ ਟਿੱਕੇ ਵੀ ਲਵਾ ਲਵੇ ਮੋਤੀਆਂ ਆਪਣੇ ਮੜੀਆਂ ਅੱਗੇ ਮੱਥੇ ਵੀ ਟੇਕ ਆਵੇ ਮੂਰਤੀਆਂ ਅੱਗੇ ਸਿਰ ਝੁਕਾ ਆਵੇ ਸਾਧਾਂ ਫਕੀਰਾਂ ਪਖੰਡੀਆਂ ਦੇ ਦਰਵਾਜ਼ੇ 'ਤੇ ਵੀ ਮਿੰਨਤਾਂ ਕਰਦਾ ਫਿਰੇ ਐਸਾ ਗੁਰੂ ਕਾ ਸਿੱਖ ਨਹੀਂ ਹੋ ਸਕਦਾ ਜੇ ਤੁਸੀਂ ਉਹਨੂੰ ਗੁਰੂ ਕਾ ਸਿੱਖ ਮੰਨਦੇ ਹੋ ਤੁਹਾਡੀ ਮਰਜ਼ੀ ਫੈਸਲਾ ਮੇਰਾ ਨਹੀਂ ਬਣੀ ਗੁਰੂ ਨੇ ਇਸੇ ਲਈ ਆਖ ਦਿੱਤਾ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਇੱਕ ਕਨਸੈਪਟ ਦੱਸਿਆ ਤੇ ਦੂਜੇ ਪਾਸੇ ਇਹ ਵੀ ਸਪਸ਼ਟ ਕਰ ਦਿੱਤਾ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਇਆ ਉਹ ਲੋਕ ਵੀ ਨੇ ਜਿਹੜੇ ਗੁਰਦੁਆਰੇ ਆਉਂਦੇ ਨੇ ਮੱਥਾ ਟੇਕਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਨਹੀਂ ਰੱਖਦੇ ਮੁੜ ਕਿਸੇ ਨਾ ਕਿਸੇ ਪਖੰਡੀ ਸਾਧ ਦੇ ਦਰਵਾਜ਼ੇ 'ਤੇ ਹੱਥ ਜੋੜ ਖਲੋਤੇ ਨੇ ਜੇ ਕਿਸੇ ਦੁਰਜਨ ਅਤੇ ਸੱਜਣ ਦੀ ਪਰਖ ਕਰਨੀ ਹੋਵੇ ਨਾ ਸਰੀਰ ਕਰਕੇ ਨਹੀਂ ਜੇ ਹੁਣੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਗਾਤਰਾ ਰਾਤੋ ਰਾਤ ਸਵਾ ਕੇ ਪਾਇਆ ਜਾ ਸਕਦਾ ਹੈ ਅੰਮ੍ਰਿਤਧਾਰੀ ਹੋਣ ਦਾ ਇੱਕ ਅਡੰਬਰ ਦਿਖਾਵਾ ਰਾਤੋ ਰਾਤ ਹੋ ਸਕਦਾ ਹੈ ਪਰ ਅੰਦਰ ਜਪਜੀ ਸਾਹਿਬ ਅਤੇ ਗੁਰਮਤ ਸਿਧਾਂਤ ਵਸਾਉਣਾ ਇਹ ਰਾਤੋ ਰਾਤ ਦਾ ਕੰਮ ਨਹੀਂ ਇਹੋ ਕਾਰਨ ਹੈ ਪ੍ਰਕਾਸ਼ ਦਾੜਿਆਂ ਵਾਲੇ ਉੱਪਰੋਂ ਦੀ ਸ੍ਰੀ ਸਾਹਿਬ ਪਹਿਣ ਕੇ ਗੁਰਮਤ ਦਾ ਵਿਖਾਵਾ ਕਰਨ ਵਾਲੇ ਪੰਥਕ ਆਗੂ ਅਖਵਾਉਣ ਵਾਲੇ ਕਿਰਦਾਰ ਤੌਰ 'ਤੇ ਪਖੰਡੀਆਂ ਦੇ ਦਰਵਾਜ਼ਿਆਂ 'ਤੇ ਮੰਗਦੇ ਨੇ ਅਤੇ ਜੇ ਗੁਰੂ ਇਹ ਗੱਲ ਸਮਝਾਵੇ ਤਾਂ ਉਹਨੂੰ ਰੋਕੋਗੇ ਇਹ ਸਥਾਨ ਗੁਰਮਤ ਪ੍ਰਚਾਰ ਲਈ ਨੇ ਗੁਰਮਤ ਦੇ ਕੁਝ ਕਨਸੈਪਟ ਨੇ ਉਹ ਸਾਨੂੰ ਜੀਵਨ ਦੇ ਹਰ ਮੋੜ 'ਤੇ ਕੰਮ ਦਿੰਦੇ ਨੇ ਦੁਨੀਆਂ ਦੇ ਕਿਸੇ ਵੀ ਸਮੇਂ ਅੰਦਰ ਕਿਸੇ ਵੀ ਮੋੜ 'ਤੇ ਜਾਈਏ ਸਾਨੂੰ ਗੁਰਮਤ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਲੈਣੀ ਪਏਗੀ ਇਹ ਆਖ ਕੇ ਨਹੀਂ ਛੱਡਿਆ ਜਾਣਾ ਚਲੋ ਜੀ ਪਿੱਥੀਆਂ ਨੂੰ ਵੀ ਨਿਵਾਜ ਲਓ ਕੋਈ ਫਰਕ ਨਹੀਂ ਪੈਂਦਾ ਆਪਾਂ ਉਹਨਾਂ ਦੀ ਗੱਲ ਨਾ ਕਰੀਏ ਫਿਰ ਬਦਲ ਦਿਓ ਡਿਸਿਪਲਿਨ ਅਤੇ ਆਖੋ ਵੀ ਕੋਈ ਪੰਜ ਪਿਆਰੇ ਅੰਮ੍ਰਿਤ ਛਕਾਉਣ ਲੱਗੀਆਂ ਪਿੱਥੀ ਚੰਦ ਅਤੇ ਧੀਰ ਮੱਲੀਆਂ ਦਾ ਨਾਂ ਨਹੀਂ ਲੈ ਸਕਦੇ ਫਿਰ ਤਾਂ 22 ਮੰਜੀਆਂ ਲੱਗੀਆਂ ਹੀ ਹੋਈਆਂ ਸਨ ਮੱਖਣ ਸ਼ਾਹ ਲਵਾਣੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਢੂੰਡਣ ਦੀ ਲੋੜ ਕਿਉਂ ਪਈ 22 ਗੁਰੂ ਉਹਦੇ ਹੁੰਦੇ ਆ ਔਰ ਉਹ ਜਿਹੜੇ 22 ਗੁਰੂ ਸਨ ਉਹ ਵੀ ਗੁਰੂ ਕੇ ਖਾਨਦਾਨ ਵਿੱਚੋਂ ਹੀ ਸਨ ਜ਼ਿਆਦਾ ਜਿਹੜੇ ਬੈਠੇ ਸਨ ਨਾ ਉਹ ਗੁਰੂ ਕੇ ਖਾਨਦਾਨ ਵਿੱਚੋਂ ਹੀ ਸਨ ਧੀਰ ਮੱਲ ਕੌਣ ਸੀ ਗੁਰੂ ਕੇ ਖਾਨਦਾਨ ਵਿੱਚੋਂ ਸੀ ਮੈਂ ਤੇ ਹੈਰਾਨ ਹੁੰਦਾ ਜਦੋਂ ਪ੍ਰਵਾਨਗੀ ਦਾ ਮਸਲਾ ਆਉਂਦਾ ਹੈ ਗੁਰਮਤ ਦੀ ਦੁਨੀਆ ਵਿੱਚ ਅਸੀਂ ਨਿਰਾ ਪ੍ਰਿਥੀ ਚੰਦ ਨੂੰ ਹੀ ਦੂਰ ਨਹੀਂ ਕਰਦੇ ਮਹਾਦੇਵ ਨੂੰ ਹੀ ਕਰਦੇ ਨੇ ਹਾਲਾਂਕਿ ਮਹਾਦੇਵ ਨੇ ਕੋਈ ਕਿਸੇ ਕਿਸਮ ਦੀ ਕੋਈ ਈਰਖਾ ਦੁਵੈਖਤਾ ਵਾਲੇ ਵਿਰੋਧ ਵਾਲੇ ਪਾਸੇ ਨਹੀਂ ਪਿਆ ਇੱਕ ਮਸਤ ਫਕੀਰ ਬੱਚਾ ਸੀ ਗੁਰੂ ਰਾਮਦਾਸ ਸਾਹਿਬ ਦਾ ਪਰ ਕਿਉਂਕਿ ਸਿੰਘਾਸਨ ਗੁਰੂ ਅਰਜਨ ਸਾਹਿਬ ਨੂੰ ਮਿਲਿਆ ਅਸੀਂ ਕਦੀ ਮਹਾਦੇਵ ਦਾ ਦਿਨ ਵੀ ਨਹੀਂ ਮਨਾਇਆ ਦੱਸੋ ਪ੍ਰਵਾਨ ਚੜੇ ਨੇ ਜਿਨ੍ਹਾਂ ਨੂੰ ਗੁਰੂ ਨੇ ਪ੍ਰਵਾਨ ਕੀਤਾ ਔਰ ਬੜਾ ਸਪਸ਼ਟ ਬਾਣੀ ਵਿੱਚ ਆਖਿਆ ਰਾਤ ਵੀ ਤੋਂ ਕਾਈ ਸੀ ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੇ ਜੇ ਕਿਉਂ ਗੁਰੂ ਨੇ ਸਿੱਖਾਂ ਤੇ ਪੁੱਤਰਾਂ ਦੀ ਪੜਚੋਲ ਕੀਤੀ ਪੜਚੋਲ ਗੁਰੂ ਨੂੰ ਹੱਕ ਹੈ ਸਿੱਖ ਨੂੰ ਵੀ ਹੱਕ ਹੈ
ਪਰ ਹੁਣ ਵੀ ਮਸਲਾ ਕੇਵਲ ਪੜਚੋਲ ਦਾ ਹੈ, ਕਿਸੇ ਧੜੇ ਦਾ ਨਹੀਂ, ਕਿਸੇ ਪਾਰਟੀ ਦਾ ਨਹੀਂ, ਮਸਲਾ ਪੜਚੋਲ ਦਾ ਹੈ। ਤੇ ਪੜਚੋਲ ਲਈ ਸਾਡੇ ਕੋਲ ਗੁਰਮਤ ਦੀ ਕਸਵੱਟੀ ਹੈ, ਇਸ ਤੋਂ ਅੱਗੇ ਕੁਛ ਨਹੀਂ। ਪੜਚੋਲ ਦਾ ਹੈ ਤੇ ਗੁਰੂ ਨੇ ਵੀ ਕੀਤੀ ਹੈ। ਇਹ ਚੋਣ ਦਾ ਸਮਾਂ ਤੁਹਾਡੇ ਸਾਡੇ ਸਾਹਮਣੇ ਨਹੀਂ ਆਉਂਦਾ, ਗੁਰੂ ਦੇ ਸਾਹਮਣੇ ਵੀ ਆਇਆ। ਗੁਰੂ ਨੇ ਵੀ ਚੋਣ ਕਰਨੀ ਸੀ ਤੇ ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖੇ ਜੇ ਕਿਉਂ ਬਾਣੀ ਕਹਿੰਦੀ। ਸਾਰੀ ਦੁਨੀਆ ਨੇ, ਸਾਰੇ ਸੰਸਾਰ ਨੇ, ਸਾਰੀ ਸਿੱਖ ਸੰਗਤ ਨੇ ਵੇਖਿਆ ਸਿੱਖਾਂ ਤੇ ਪੁੱਤਰਾਂ ਦੀ ਪੜਚੋਲ ਕਰਕੇ ਗੁਰੂ ਨੇ ਕੀ ਕੀਤਾ। ਬਲਕਿ ਇੱਥੋਂ ਤੱਕ ਭੁੱਲੜ ਮਨੁੱਖ ਉਦੋਂ ਵੀ ਸਨ, ਅੱਜ ਨਹੀਂ ਉਦੋਂ ਵੀ ਸਨ। ਗੁਰੂ ਨੇ ਬਾਣੀ ਵਿੱਚ ਆਖਿਆ ਕੁਝ ਲੋਕ ਉਹ ਵੀ ਸਨ ਜਿਹੜੇ ਦੁਨਿਆਈ ਆਖੇ ਕਿ ਕਿਉਂ ਵੀ ਗੁਰੂ ਨੇ ਕੀ ਕਰ ਦਿੱਤਾ। ਇੰਨੇ ਇੰਨੇ ਪੁਰਾਣੇ ਸਿੱਖ ਬੈਠੇ ਸਨ, ਪੁੱਤਰ ਵੀ ਸਨ, ਸਾਰਿਆਂ ਨੂੰ ਛੱਡ ਕੇ ਲਹਿਣੇ ਨੂੰ ਗੱਦੀ ਦੇ ਦਿੱਤੀ ਨੇ, ਲਹਿਣੇ ਨੂੰ ਸਿੰਘਾਸਨ ਦੇ ਦਿੱਤਾ ਨੇ। ਦੁਨਿਆਈ ਆਖੇ ਕਿ ਕਿਉਂ, ਕਿ ਕਿਉਂ ਦਾ ਮਤਲਬ ਕੀ ਕੀਤਾ ਨੇ। ਦੁਨਿਆਈ ਆਖੇ ਕਿ ਕਿਉਂ, ਪਰ ਆਖਰੀ ਚੁਕੰਦਰ ਬੜਾ ਖੂਬਸੂਰਤ ਫੈਸਲਾ ਸੀ ਤੇ ਉਹ ਫੈਸਲਾ ਇਹ ਸੀ ਜਾਂ ਸੁਧੋਸ ਤਾਂ ਲੈਣਾ ਟਿੱਕਿਓ। ਜਦੋਂ ਸੋਧ ਲਿਆ ਪੜਚੋਲ ਕਰ ਲਈ, ਜਦੋਂ ਸੋਧ ਲਿਆ ਪੜਚੋਲ ਕਰਕੇ ਚੋਣ ਕਰ ਲਈ, ਭਾਵੇਂ ਦੁਨਿਆਈ ਕਿ ਕਿਉਂ ਆਖਦੀ ਹੀ ਰਹੀ, ਭਾਵੇਂ ਦੁਨਿਆਈ ਭੁੱਲੇ ਲੋਕ ਕਿ ਕਿਉਂ ਆਖਦੇ ਹੀ ਰਹੇ, ਕੀ ਕੀਤਾ ਨੇ। ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ, ਪੁਰਾਣੇ ਇੰਨੇ ਇੰਨੇ ਸਿੱਖ ਬੈਠੇ ਸਨ ਉਹਨਾਂ ਨੂੰ ਗੱਦੀ ਸਿੰਘਾਸਨ ਨਹੀਂ। ਇਹ ਚੋਣ ਕਰਨੀ ਪੈਂਦੀ ਕਿਹੜੇ ਕਿੱਥੇ ਯੋਗ ਨੇ, ਫੈਸਲੇ ਪਾਣੀ ਦੇ ਨੇ। ਨਹੀਂ ਤੇ ਭੁੱਲਣ ਵੀਰ ਉਦੋਂ ਵੀ ਆਖਦੇ ਰਹੇ ਦੁਨੀਆ ਹੀ ਆਖੇ ਕਿ ਕਿਉਂ, ਦੁਨੀਆ ਆਖਦੀ ਰਹੀ ਕਿ ਕਿਉਂ, ਕੀ ਕੀਤਾ ਨੇ। ਹੈ ਪੁਰਾਣੇ ਸਿੱਖਾਂ ਨੂੰ ਗੱਦੀ ਨਹੀਂ ਦਿੱਤੀ, ਪੁੱਤਰਾਂ ਨੂੰ ਨਹੀਂ ਸੰਭਾਲਿਆ, ਤੇ ਨਵੇਂ ਆਏ ਹੋਏ ਸਿੱਖ ਕੁਛ ਸਮੇਂ ਦੇ ਆਏ ਹੋਏ ਨਵੇਂ ਸਿੱਖ ਲੈਣੇ ਨੂੰ ਅਪਣਾ ਲਿਆ ਨੇ। ਪਰ ਬਾਬੇ ਨਾਨਕ ਦੀ ਚੋਣ ਸੀ ਬੜੀ ਗੈਰ ਗੰਭੀਰ ਚੋਣ ਸੀ, ਜਾਂ ਸੁਧੋਸ ਤਾਂ ਲੈਣਾ ਟਿੱਕਿਓ। ਇਹ ਚੀਜ਼ਾਂ ਗੁਰਮਤਿ ਦੇ ਮੁਤਾਬਿਕ ਮੈਂ ਹੁਣੇ ਅਰਜ਼ ਕੀਤੀ ਸੀ। ਸੁਧੋਸ ਜਦੋਂ ਮਸਲਾ ਆਵੇਗਾ ਉਦੋਂ ਦੋ ਲਾਈਨਾਂ ਖੜੀਆਂ ਹੋਣਗੀਆਂ, ਸੋਧਣਾ ਕਿਹਦੇ ਵਿੱਚੋਂ, ਪੜਚੋਲ ਕਿਹਦੇ ਵਿੱਚੋਂ ਕਰਨੀ ਹੈ। ਜੇ ਦੋ ਹੋਣਗੀਆਂ ਤਾਂ ਹੀ ਪੜਚੋਲ ਕਰਾਂਗੇ, ਜੇ ਹੋਵੇ ਹੀ ਇੱਕ ਤਾਂ ਪੜਚੋਲ ਦੀ ਲੋੜ ਹੀ ਨਹੀਂ। ਇਹਦਾ ਮਤਲਬ ਗੁਰਮਤਿ ਦੇ ਸਾਹਮਣੇ ਮਨਮਤ ਖਲੋਤੀ ਹੈ ਜਿਹਦੇ ਵਿੱਚੋਂ ਪੜਚੋਲ ਕਰਨੀ ਹੈ। ਗੁਰਮੁਖ ਦੇ ਸਾਹਮਣੇ ਮਨਮੁਖ ਖੜਾ ਹੈ ਤਾਂ ਹੀ ਪੜਚੋਲ ਹੋਣੀ ਹੈ। ਜੇ ਮਨਮੁਖ ਹੋਵੇ ਹੀ ਨਾ ਤੇ ਪੜਚੋਲ ਦੀ ਲੋੜ ਹੀ ਨਾ ਪਵੇ, ਨਹੀਂ ਹੋਵੇ ਜਮ ਜਮ ਹੋਵੇ, ਤਾਂ ਕਿ ਲੋਕਾਂ ਨੂੰ ਗੁਰਮੁਖ ਤੇ ਮਨਮੁਖ ਦਾ ਜਿਹੜਾ ਅੰਤਰ ਹੈ ਨਾ, ਭੇਦ ਹੈ, ਉਹ ਪਤਾ ਲੱਗ ਜਾਏ। ਤਾਂ ਹੀ ਹੋਵੇਗਾ, ਜੇ ਹੋਵੇਗਾ ਤਾਂ ਪਤਾ ਲੱਗ ਜਾਏ। ਤੇ ਗੁਰੂ ਨੇ ਗੁਰਮੁਖ ਤੇ ਮਨਮੁਖ ਦੀ ਪੜਚੋਲ ਸਮਝਾਉਣ ਲੱਗਿਆਂ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਜਿਹੜਾ ਮਨੁੱਖ ਗੁਰੂ ਨਾਲ ਜੁੜਿਆ ਹੋਇਆ ਹੈ ਉਹ ਗੁਰਮੁਖ ਹੈ, ਤੇ ਜੇ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਕਰੇ ਵਿਚਾਰ, ਜਿਨ੍ਹਾਂ ਨੂੰ ਗੁਰੂ ਕੇ ਦਰਸ਼ਨ ਦੀ ਪ੍ਰਤੀਤ ਵਿਸ਼ਵਾਸ ਹੀ ਨਹੀਂ ਆਇਆ, ਮੱਥੇ ਟੇਕ ਜਾਂਦੇ ਨੇ, ਮੁੜ ਦੂਜੇ ਦਿਨ ਕਿਸੇ ਹੋਰ ਦਰ ਦੇ ਮੰਗਤੇ ਬਣਦੇ ਨੇ, ਤੀਜੇ ਦਿਨ ਕਿਸੇ ਹੋਰ ਦਰ ਦੇ ਮੰਗਤੇ ਬਣਦੇ ਨੇ। ਗੁਰੂ ਕਹਿੰਦੇ ਨੇ ਮਨਮੁੱਖਾਂ ਕੇਰੀ ਦੋਸਤੀ ਥੋਲੜਿਆ ਦੇ ਵਿਚਾਰ, ਬਲਕਿ ਇੱਥੋਂ ਤੱਕ ਆਖ ਦਿੱਤਾ, ਕਹਿਣ ਲੱਗੇ ਇਸ ਪ੍ਰੀਤੀ ਤੁੱਟਦੀ ਵਿਲਮ ਨਾ ਹੋਵੇ। ਇਸ ਪ੍ਰੀਤ ਇਸ ਨਿਉ ਨੂੰ ਜਿਹੜਾ ਕੋਈ ਮਨਮੁੱਖ ਨਾਲ ਨਿਉ ਲਗਾਉਂਦਾ ਹੈ, ਗੁਰੂ ਨਾਲੋਂ ਗੁਰੂ ਵੱਲੋਂ ਬੇਮੁੱਖ ਹੋਏ ਨਾਲ ਨਿਉ ਲਾਉਂਦਾ ਹੈ, ਉਹ ਚਾਰ ਕੁ ਦਿਨ ਹੀ ਨਿਭਦਾ ਹੈ, ਕਿਉਂਕਿ ਉਹ ਵੀ ਮਤਲਬ ਨਾਲ ਹੀ ਲਗਾਉਂਦਾ। ਜਿਸ ਦਿਨ ਮਤਲਬ ਪੂਰਾ ਨਹੀਂ ਹੁੰਦਾ ਉਹ ਵੀ ਟੁੱਟ ਜਾਂਦਾ। ਕਹਿਣ ਲੱਗੇ ਨਾਲ ਹੀ ਅਗਲੇ ਪਾਸੇ ਇੱਕ ਹੋਰ ਡਰ ਜਿਹੜਾ ਪ੍ਰਤੀਤ ਸੀ ਨਾ, ਉਸ ਦੇ ਲਈ ਚੇਤਾਵਨੀ ਦਿੱਤੀ। ਕਹਿਣ ਲੱਗੇ ਇਸ ਪ੍ਰੀਤੀ ਟੁੱਟਣ ਦੀ ਵਿਲਮ ਨਾ ਹੋਵੇ, ਇਸ ਪ੍ਰੀਤ ਨੂੰ ਟੁੱਟਦਿਆਂ ਦੇਰ ਨਹੀਂ ਲੱਗਣੀ, ਪਰ ਖਿਆਲ ਕਰੀ ਜੇ ਲੱਗੀ ਵੀ ਰਹਿ ਜਾਏ, ਇਹ ਦੋਸਤੀ ਕਿਸੇ ਦੀ ਬਣੀ ਵੀ ਰਹੇ ਮਨਮੁੱਖ ਨਾਲ, ਤਾਂ ਪਤਾ ਹੀ ਇਹ ਤਾਂ ਦੋਸਤੀ ਚੱਲਣ ਵਿਕਾਰ।
ਫੈਸਲਾ ਬਾਣੀ ਦਾ ਹੈ। ਇਸ ਦੋਸਤੀ ਵਿੱਚੋਂ ਵਿਕਾਰ ਹੀ ਪੈਦਾ ਹੋਣੇ ਨੇ, ਇਹਦੇ ਵਿੱਚੋਂ ਬੁਰਾਈਆਂ ਹੀ ਪੈਦਾ ਹੋਣੀਆਂ ਨੇ। ਇਸ ਲਈ ਭਲਿਆ ਪੜਚੋਲ ਤੇਰੇ ਹੱਥ ਹੈ, ਚੋਣ ਤੂੰ ਕਰ ਲਈ ਤੇ ਫੈਸਲਾ ਬਾਣੀ ਦਾ ਗੁਰੂ ਕਹਿੰਦੇ ਨੇ। ਸੱਜਣ ਮਿਲੇ ਸੱਜਣਾ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆ ਜਿਨ ਸਤਿਗੁਰ ਨਾਲ ਪਿਆ ਸੱਜਣ ਮਿਲੇ ਸੱਜਣਾ ਮਿਲ ਪ੍ਰੀਤਮ ਤੁਨੀ ਧਿਆਇਆ ਸੱਚੇ ਪ੍ਰੇਮ ਪਿਆ ਸੱਚੇ ਪ੍ਰੇਮ ਪਿਆ ਸੱਜਣ ਮਿਲੇ ਸੱਜਣਾ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ ਦੂਜੇ ਪਾਸੇ ਉਹਨੇ ਚੋਣ ਤੇਰੀ ਹੈ ਜਿਨ੍ਹਾਂ ਨੇ ਦਰਸ਼ਨ ਤਾਂ ਗੁਰੂ ਦੇ ਕੀਤੇ ਨੇ ਮੱਥਾ ਤਾਂ ਟੇਕਿਆ ਪਰ ਪ੍ਰਤੀਤ ਨਹੀਂ ਕੀਤੀ ਉਹ ਫਿਰ ਕਿਸੇ ਦੇਵੀ ਦੇਵਤੇ ਦੇ ਹਵਨ ਤੇ ਲੱਗੇ ਹੋਏ ਨੇ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਕਰੇ ਵਿਚਾਰ ਸ਼ਬਦ ਨਾ ਕਰੇ ਵਿਚਾਰ ਵਿਛੜਿਆਂ ਕਾ ਕਿਉਂ ਵਿਛੜੇ ਵਿਛੜਿਆਂ ਕਾ ਕਿਉਂ ਵਿਛੜੇ ਜਿਨ੍ਹਾਂ ਦੂਜੇ ਭਾਏ ਪਿਆਰ ਵਿਛੜਿਆਂ ਕਾ ਕਿਉਂ ਵਿਛੜੇ ਕਿਉਂ ਵਿਛੜੇ ਜਿਨ੍ਹਾਂ ਦੂਜੇ ਭਾਏ ਪਿਆਰ ਸੱਜਣ ਮਿਲੇ ਸੱਜਣਾ ਸੱਜਣ ਮਿਲੇ ਸੱਜਣਾ ਮਿਲੇ ਸੱਜਣਾ ਮਿਲੇ ਸੱਜਣਾ ਤੋ ਆਓ ਕੁਝ ਦਿਲ ਜਿਗਰੇ ਰੱਖੋ ਤੇ ਗੁਰੂ ਅਸਥਾਨਾਂ ਤੇ ਗੁਰਮਤਿ ਸਿਧਾਂਤ ਦਾ ਪਹਿਰਾ ਰੱਖੋ। ਇਸੇ ਲਈ ਤਾਂ ਹਾਜ਼ਰ ਹੋ ਰਹੇ ਕਿ ਨੁਕਸਾਨ ਹੋ ਰਿਹਾ ਗੁਰੂ ਅਸਥਾਨਾਂ ਤੇ ਗੁਰਮਤਿ ਦਾ ਪਹਿਰਾ ਨਹੀਂ ਰਿਹਾ। ਇਹ ਵੀ ਵਿਚਾਰੇ ਸੱਚੇ ਨੇ, ਉਹਨਾਂ ਅਸਥਾਨਾਂ ਤੇ ਨਹੀਂ ਰਿਹਾ, ਇੱਥਾਂ ਤੇ ਰੱਖਣਾ ਹੋਰ ਔਖਾ ਹੋ ਜਾਂਦਾ। ਉਹ ਭਲੇ ਹੋ ਜੇ ਇਹ ਮਸਲੇ ਆਉਣਗੇ ਨਾ, ਜੋ ਹੁੰਦਾ ਹੋਈ ਜਾਣਦੇ ਹੋ ਤੇ ਫਿਰ ਖਿਆਲ ਕਰੇ ਹੋ, ਛੱਡ ਦਿਓ ਪੰਜਾਂ ਪਿਆਰਿਆਂ ਨੂੰ, ਆਖੋ ਪਿਥੀ ਚੰਦ ਤੇ ਧੀਰ ਮੱਲੀਆਂ ਦੀ ਗੱਲ ਛੱਡ ਦੇਣ, ਫਿਰ ਆਖ ਦਿਓ ਕਿ ਸਿਰਫ ਪੰਜਾਂ ਰਹਿਤਾਂ ਦੀ ਗੱਲ ਕਰਿਆ ਕਰੋ, ਕੁਰਹਿਤਾਂ ਤੋਂ ਦੂਰ ਰਹਿਣ ਦੀ ਗੱਲ ਨਾ ਕਰਿਆ ਕਰੋ, ਮਤ ਕੋਈ ਕੁਰਹਿਤੀਆ ਨਾਰਾਜ਼ ਨਾ ਹੋ ਜਾਏ। ਦਿਲ ਜਿਗਰਾ ਕਰੋ, ਗੁਰਮਤਿ ਦੀ ਦੁਨੀਆਂ ਵਿੱਚ ਸੱਚ ਤੇ ਝੂਠ ਦੀ ਪਰਖ ਹੋਣੀ ਹੈ, ਗੁਰਮਤਿ ਤੇ ਮਨਮਤ ਨੂੰ ਪਰਖਿਆ ਜਾਣਾ ਹੈ ਤੇ ਪਰਖਣ ਲਈ ਕੇਵਲ ਤੇ ਕੇਵਲ ਸਾਡੇ ਕੋਲ ਗੁਰਬਾਣੀ ਹੈ ਤੇ ਕਰਮ ਧਰਤੀ ਹੈ।
ਕਰਮੀ ਆਪੋ ਆਪਣੀ। ਇਸ ਲਈ ਗੁਰਮਤ ਦੀ ਗੱਲ ਵਿੱਚ ਸੱਚ ਅਤੇ ਝੂਠ ਨੂੰ ਸਾਹਮਣੇ ਰੱਖੇ ਬਿਨਾਂ ਪੜਚੋਲ ਨਹੀਂ ਹੋ ਸਕਣੀ। ਇਹਦੇ ਲਈ ਤੱਤ ਪਰ ਪਹਿਰਾ ਦਿਓ ਅਤੇ ਆਪਣੇ ਆਪ ਨੂੰ ਮਜ਼ਬੂਤ ਰੱਖੋ ਤਾਂ ਕਿ ਅਸੀਂ ਗੁਰਮਤ ਦਾ ਪਹਿਰਾ ਸਾਬਤ ਕਰ ਸਕੀਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।